ਉਹਨੇ ਕਿਉਂ ਦੱਸਿਆ ਸਹੀ ਗੱਲ ਜਿਹੜੀ ਬੀ ਫਾਰਮੇਸੀ ਸੀ ਉਹ ਕਿਹੜੀ ਉਹ ਬੈਚਲਰ ਡਿਗਰੀ ਉਹ ਚਾਰ ਨਾ ਖਾਈ ਦੀ ਹੈ ਤੇ ਜਿਹੜੀ ਬੀ ਫਾਰਮੇਸੀ ਉਹ ਵੀ ਚਾਰ ਨਾ ਖਾਈ ਦੀ ਨਿੰਬੂ ਵਾਲੇ ਉਹ ਨਹੀਂ ਆਉਂਦੀ ਸਾਨੂੰ ਤੇ ਕੀ ਕਹਿਣਾ ਚਾਹੋਗੇ ਇੱਕ ਪਰਿਵਾਰ ਦੇ ਵਿੱਚ ਰਹਿਣਾ ਦਾਦੇ ਦਾਦੀ ਨੇ ਰਹਿਣਾ ਚਾਚੇ ਤਾਇਆ 'ਚ ਰਹਿਣਾ ਦਾਦੀ ਦਾਦਾ ਜੀ ਆਣੀ ਗਏ ਮਿਸ ਕਰਦੇ ਹੋ ਅੱਛਾ ਜਿਨ੍ਹਾਂ ਦੇ ਦਾਦੇ ਦਾਦੀ ਹੈਗੇ ਨੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਨ੍ਹਾਂ ਦੇ ਘਰ ਦਾਦੇ ਦਾਦੀਆਂ ਹੈਗੇ ਅੱਛਾ ਕੋਈ ਵੀ ਨਹੀਂ ਕਹੋ ਵੱਧ ਦੇਖਿਆ ਜਾਣ ਵਾਲਾ ਟੀਵੀ ਚੈਨਲ ਸਾਡਾ ਡੀਡੀ ਪੰਜਾਬੀ ਪਰ ਇਹਦਾ ਨਾਮ ਹੈ ਡੀਡੀ ਪੰਜਾਬੀ ਡੀਡੀ ਪੰਜਾਬੀ ਹੁਣ ਦੱਸੋ ਜੀ ਤੁਹਾਡਾ ਕੀ ਨਾਮ ਹੈ ਮੀਨਾ ਅੱਛਾ ਮੀਨਾ ਜੀ ਤੁਹਾਡੇ ਸ਼ੌਂਕ ਕੀ ਨੇ ਡਾਂਸ ਓਕੇ ਕਰੋਗੇ ਥੋੜਾ ਜਿਹਾ ਆਪਾਂ ਢੋਲ ਵਜਾਵਾਂਗੇ ਤੁਹਾਡੀਆਂ ਸਹੇਲੀਆਂ ਕਿੱਦਾਂ ਪਾਉਣਗੀਆਂ ਨਾਲ ਨਾਲ ਖੁੱਲ ਕੇ ਅੱਜ ਦੀ ਓਪਨਿੰਗ ਜਿਹੜੀ ਨਾਮ ਕੀ ਹੈ ਮੀਨਾ ਜਿਹੜੀ ਮੀਨਾ ਜੀ ਇਹ ਇਹਦੀਆਂ ਸਹੇਲੀਆਂ ਨੇ ਵੀ ਦੱਸਿਆ ਹੈ ਕਿ ਇਹ ਬਹੁਤ ਅੱਛਾ ਡਾਂਸ ਕਰ ਲੈਂਦੇ ਉਹਨਾਂ ਨੇ ਆਪ ਵੀ ਕਹਿ ਦਿੱਤਾ ਤੇ ਗਾਣਾ ਵੀ ਗਾਉਂਗਾ ਮੈਂ ਤੁਹਾਡੇ ਨਾਲ ਆਪਣਾ ਹੀ ਗਾਇਆ ਇੱਕ ਗਾਣਾ ਗਾਉਂਗਾ ਉਹਦੇ ਤੋਂ ਤੁਸੀਂ ਸਾਰੀਆਂ ਨੇ ਖਿੱਲ ਗਏ ਹੈ पेश कर रहा जी जिदे हुण तक जिहड़े भी एपीसोड चले आ सानू बड़ी अच्छी आउटपुट आई है बड़ा ही प्यार मिलया कॉलेजां च सानू फोन आ रहे ने कि साडे कॉलेज भी आ जाओ जी साडे कॉलेज भी आ जाओ अज जिहड़े कॉलेज आए आ उहदा नाम दस्सो कि साडी बड़ी प्यारी कुड़ी की नाम है संगीत जिदा कुड़िया ने कमाल करती उधर गिद्धा पा के विआह दी खुशी मनाई ना इधर हुण गाना सुनाऊगा सानू कुलजीत रोटी ली ता सत किले आंदे ने तैनू रुलना नी देंदा सुन चलिए सुन लो धोखे करदा नी पुत जिमीदार दा साडे हुंदे ने हसूल पक्के पल्लीए जेड़े मुकर जांदे आ लोड़ पैर तो बिते उना विच दिल नी ना यार यूनिवर्सिटी बहुत ही प्यारे प्यारे स्टूडेंट्स हस भी रहे ने खा भी रहे ने सानू खवा भी रहे ने ਤਾਂ ਬਹੁਤ ਥੈਂਕ ਯੂ ਤੁਹਾਡਾ ਕਿ ਨਾ ਹੈ ਮਨੀਸ਼ਾ ਨੇ ਮੈਨੂੰ ਆ ਦਿੱਤੇ ਕੀ ਕਹਿੰਦੇ ਨੇ ਅੰਕਲ ਜਿਵਸ ਮੈਂ ਵੀ ਅੰਕਲ ਹੀ ਹਾਂ ਤੁਹਾਡਾ ਕਿ ਨਾ ਹੈ ਇਹ ਸਿਮਰਿਆ ਨੇ ਕੁੜੀ ਬਹੁਤ ਵਧੀਆ ਕਿਹੜੀ ਕਲਾਸ ਚੋਂ ਥੋੜਾ ਲੱਗੇ ਆਇਓ ਕੀ ਬਾਤ ਤੁਹਾਡਾ ਕਿ ਨਾ ਮੈਤਰੀ ਮੈਤਰੀ ਓਏ ਹੋਏ ਮੈਤਰੀ ਕੈਤਰੀ ਮੈਤਰੀ ਦੀ ਲੋਕਲ ਤੋਂ ਬਾਹਰੋਂ ਆਇਆ ਹੁਸ਼ਿਆਰਪੁਰ ਤੋਂ ਨਾਮ ਇਹਨਾਂ ਦਾ ਸਾਊਥ ਇੰਡੀਅਨ ਲੱਗਦਾ ਮੈਤਰੀ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਸ਼ੂਟ ਕਰਦੇ ਆ ਬੜਾ ਚੰਗਾ ਲੱਗਾ ਥੈਂਕ ਯੂ ਤੁਹਾਡੇ ਸਾਰਿਆਂ ਨੂੰ ਸਪੋਰਟ ਲਈ ਜ਼ੋਰਦਾਰ ਤਾੜੀਆਂ ਕਰੇ ਆਪਣੇ ਲਈ ਥੈਂਕ ਯੂ ਹੋ ਜਾਣਾ ਨਾ ਜਾਣਾ ਇਹ ਦਿਲ ਤੇਰਾ ਦੀਵਾਨਾ ਹੋ ਜਾਣਾ ਨਾ ਜਾਣਾ ਇਹ ਦਿਲ ਤੇਰਾ ਦੀਵਾਨਾ ਜਹਾ
अभी तू जाए तेरे पीछे आए तेरा आशिक पुराना हे 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 सारे नू देख के मिल के मैनू अपना कॉलेज टाइम चेता आ गया ता मैं पुराना गाना गाया हैगा वधिया है ना कमार्शल नू जानदे है ना बड़े बड़े गाने ने गाए आ मदहोश दिल की धड़कन जो मैं कॉलेज गाँदा था ना गाने तो जिनी कुमार शानू की टौर फिल्मों से ना उन्नी मेरी कॉलेजों से यूनिवर्सिटियों होंगी सी पर अच्छ फिर उदा ही है ताड़िया मार दिया किरते सब तुम्हें तुम्हारे कैमरा मुंडे भरा के बैठे आज दिलजीत बैठा आ मुंडा बिल्कुल दिलजीत भरा वर्गा वा बहुत वधिया वा और लिखता बहुत सोहना बोलता बहुत वधिया इहदा गाना किहड़ा सी तेरी वेख के समाइल नहीं दिल की करता घायल नहीं होए होए जलंधर वाओ जिदा गर्ल्स कंपटीशन चल रही है शिल्पा शेट्टी नवी कहते मैं समझ लेना देखो तुहाडा बहुत बहुत थैंक यू तुसी वीडियो भी बनाई ते तुसी फैन भी हो तेजी संधु दे थैंक यू सो मच अगे गल करदे आ तुहाडा की नाम है जी रितिका कीती हो क्या हाल है क्या कहना चाहते हो मजाक कर रहे हैं मैं तुसी की कहना चाहते हो चलो अपने बारे दस्यो कि क्लास चो ओके तुहाडे शौक की ने अगर तुहाडे कोल एक महीने लिए मोबाइल वापस ले लिया जाए एक महीने लिए मोबाइल कर दे कहन के बेटा मोबाइल नहीं लैके रखना अपने कोल नहीं यूज नहीं करना उहदे विच तुहाडे की वलवले की प्रक्रिया जिहड़ी हुंदी है किदां दी फीलिंग होंदी दस दिओ सच्ची गल है खड़े हो माइक तो फड़ो हाँ की हो सकता वह जे मोबाइल ना हो एक महीना की उहदे उस तो अलावा की करूँगी इत्थे मैं ਬਹੁਤ ਬਜਾਰੇ 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 ਉਹ ਲੈ ਕੇ ਆਏ
ਪਾਪਾ ਦਾ ਕੋਲੇ ਜਾਂ ਬਚਪਨ ਦਾ ਹੋਰ ਮੈਨੂੰ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਪਿਆ ਮੈਂ ਪਹਿਲਾਂ ਵੀ ਇੱਥੇ ਆਇਆ ਬੜੀ ਵਾਰੀ ਮੈਂ ਹੁਣ ਅੱਜ ਆਪਣੀ ਪੂਰੀ ਟੀਮ ਆਈ ਹੈ ਇੱਥੇ ਡੀ ਡੀ ਪੰਜਾਬੀ ਰੌਕਸ ਦੀ ਹੁਣ ਡੀ ਡੀ ਪੰਜਾਬੀ ਰੌਕਸ ਅੱਜ ਆਪਾਂ ਟੀ ਵੀ 'ਤੇ ਸਾਰੀ ਬੜੀ ਰੌਣਕ ਲੱਗੀ ਬੜਾ ਹੀ ਚੰਗਾ ਲੱਗਾ ਪੁਖਰਾਜ ਕੀ ਕਹਿਣਾ ਚਾਹੁੰਦਾ ਜਾਂਦੇ ਜਾਂਦੇ ਚੰਨ ਦੀ ਕੁੜੀ ਗਾਦੇ ਫਿਰ ਕੋਲਜ ਹੈ ਜਿੱਥੋਂ ਅਸੀਂ ਇਸ ਦੁਨੀਆ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਇਸ ਕੋਲਜ ਦੀ ਬਦੌਲਤ ਸਾਡੇ ਮੈਮ ਵਾਈਸ ਪ੍ਰਿੰਸੀਪਲ ਇੰਦੂ ਬਤਰਾ ਜੀ ਉਹ ਸਾਡੇ ਨਾਲ ਨੇ ਕਿਉਂਕਿ ਇਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਬਹੁਤ ਤਰੱਕੀਆਂ ਹਾਸਿਲ ਕੀਤੀਆਂ ਐਨ ਸੀ ਸੀ ਦੇ ਵਿੱਚ ਆਰ ਡੀ ਲਗਾਈ ਸਾਡੇ ਦਵਿੰਦਰ ਜੀ ਸਾਡੇ ਪ੍ਰੋਫੈਸਰ ਸਾਹਿਬ ਨਾ ਭੁੱਲ ਜਾਣਾ ਸਰ ਕਮਲ ਸਰ ਅਤੇ ਸਾਡੀ ਸੀਮਾ ਮੈਡਮ ਜੀ ਬਾਕੀ ਸਾਡੇ ਟੀਚਰ ਸਾਹਿਬਾਨ ਸੋ ਇਹ ਮੈਡਮ ਜੀ ਅੱਜ ਵੀ ਉਨੇ ਹੀ ਕਿਊਟ ਅਤੇ ਸਮਾਰਟ ਸਮਾਰਟ ਦੇ ਮੁੰਡੇ ਹੁੰਦੇ ਆ ਬਿਊਟੀਫੁਲ ਇਹ ਅੱਜ ਵੀ ਉਨੇ ਹੀ ਪਿਆਰੇ ਨੇ ਬੇਸ਼ੱਕ ਕੋਈ ਵੀ ਲੁੱਕ ਹੋਵੇ ਪਰ ਮੈਮ ਉਹੀ ਨੇ ਕਿਉਂਕਿ ਜਿਹੜੀ ਕੁੜੀ ਸੀਗੀ ਫਿਲਮਾਂ ਦੀ ਮੈਮ ਉਹਦਾ ਕੀ ਨਾਂ ਹੈ ਬੇਦੀ ਮੰਦਰਾ ਬੇਦੀ ਰੇਨੂਕਾ ਸ਼ਾਹ ਨੇ ਔਰ ਸਾਡੀ ਮੈਮ ਜੀ ਉਹਨਾਂ ਦੋਨਾਂ ਨਾਲੋਂ ਬਿਊਟੀਫੁਲ ਸੀ ਆਪਣੇ ਉਸ ਟਾਈਮ 'ਤੇ 94-3 ਦੀਆਂ ਗੱਲਾਂ ਕਰਦਾ ਸੋ ਉਸ ਟਾਈਮ 'ਤੇ ਦਿਲ ਵਾਲੇ ਦਾ ਗਾਣਾ ਮੈਂ ਐਨ ਸੀ ਸੀ 'ਚ ਗਾਉਂਦਾ ਸੀ ਅਤੇ ਕਦੀ ਕਦੀ ਅੰਦਰੋਂ ਨਾ ਮੈਂ ਮੈਮ ਲਈ ਗਾ ਦਿੰਦਾ ਉਹ ਗਾਣਾ ਪਤਾ ਕਿਹੜਾ ਆ कितना हसीन चेहरा कितनी प्यारी आंखें कितना हसीन चेहरा कितनी प्यारी आंखें कितनी प्यारी आंखें हैं आंखों से झलकता प्यार कुदरत ने बनाया होगा फुर्सत से तुझे मेरे यार कुदरत ने बनाया होगा फुर्सत से तुझे मेरे यार कितना हसीन चेहरा कितनी प्यारी आंखें हुण ते एनक लगी है ना बड़ा वधिया लगा जी थैंक यू सो मच जीर दत्ता ड्रम बहुत सोना बजांदा सी ड्रम हो गया डपली हो गई
ਸ਼ਾਮੀ ਤਾਂ ਫਿਰ ਬੜੀ ਰੌਣਕਾਂ ਲੱਗਦੀਆਂ ਹੁੰਦੀਆਂ ਸੀ ਚੰਡੀਗੜ੍ਹ 'ਚ ਬੜੇ ਮਜ਼ਾ ਆਉਂਦਾ ਹੁੰਦਾ ਸੀ ਸ਼ਾਮ ਨੂੰ ਔਰ ਇੰਨਾ ਸੀ ਕਿ ਮੇਰੇ ਜਿਹੜੇ ਸਾਥੀ ਸੀ ਨਾ ਉਹ ਮੈਂ ਕਿਉਂਕਿ ਮੈਂ ਇੱਧਰ ਕਲਚਰ ਦੇ ਵਿੱਚ ਸੀ ਨਾ ਕਲਚਰਲ ਪ੍ਰੋਗਰਾਮ ਕਰਨੇ ਅਤੇ ਉਹ ਮੇਰੀ ਫਿਰ ਮੁੰਡਿਆਂ ਦੀ ਡਿਊਟੀ ਲੱਗੀ ਹੁੰਦੀ ਸੀ ਵੀ ਤੇਜ਼ੀ ਲਈ ਰੋਟੀ ਪਹਿਲਾਂ ਪਾ ਰਹੇ ਹੋ ਔਰ ਮੇਰੇ ਕੋਲ ਕੋਈ ਕੌਲਾ ਹੁੰਦਾ ਸੀ ਇੱਡਾ ਉਹਦੇ ਵਿੱਚ ਮੈਂ ਸਾਰਾ ਕੋਈ ਚਾਹ ਵੀ ਪੀ ਲੈਣੀ ਮੂੰਹ ਹੱਥ ਵੀ ਧੋ ਲੈਣਾ ਹੈ ਨਾ ਬੜੇ ਵਧੀਆ ਸੀਗਾ ਜੀ ਕਮਾਲ ਦਾ ਟੂਰ ਸੀਗਾ ਸਾਡਾ NCC 93-94 RDC ਹੋਲਡਰ ਮਿਸਟਰ ਤੇਜਿੰਦਰ ਸਿੰਘ ਸੰਧੂ ਪਿੰਡ ਚੱਕੋਗੀ ਪੱਕੇ ਕੈਨੇਡਾ ਵਾਲੇ ਹੈ ਕਿੱਥੇ ਆ ਜੀ ਬੜਾ ਵਧੀਆ ਸਾਨੂੰ ਜ਼ਰੂਰ ਦੱਸਿਓ ਔਰ ਇਹ ਪ੍ਰੋਗਰਾਮ ਹਰ ਸੈਚਰਡੇ ਸ਼ਾਮ ਨੂੰ 6 ਵਜੇ ਆਉਂਦਾ ਜੀ DD ਪੰਜਾਬੀ 'ਤੇ ਔਰ ਆਪਾਂ ਜਲਦੀ ਕਿਸੇ ਨਵੇਂ ਐਪੀਸੋਡ 'ਚ ਮਿਲਦੇ ਹਾਂ ਜਦ ਤੱਕ ਲਈ ਤੁਹਾਡਾ ਅਤੇ ਸਾਡਾ ਰੱਬ ਰਾਖਾ ਔਰ ਦੇਖਦੇ ਰਹਿਣਾ DD ਪੰਜਾਬੀ ਰੋਜ਼ DD ਪੰਜਾਬੀ ਰੋਜ਼ DD ਪੰਜਾਬੀ ਰੋਜ਼ ਲਵ ਯੂ ਆਲ